ਟੋਲ ਪਲਾਜ਼ਾ ਤੇ ਲੱਗਣ ਵਾਲੀ ਭੀੜ ਨੂੰ ਘੱਟ ਕਰਨ ਲਈ ਫਾਸਟੈਗ ਦਾ ਰੂਲ ਅੱਜ ਦੇਸ਼ ਭਰ ਦੀਆਂ ਟੋਲ ਸੜਕਾਂ ਤੇ ਸਰਕਾਰ ਵੱਲੋਂ ਲਾਗੂ ਕਰ ਦਿੱਤਾ ਗਿਆ। ਇਸ ਰੂਲ ਨੂੰ ਅਪਣਾਉਣ ਲਈ ਸਰਕਾਰ ਨੇ 15 ਦਿਨਾਂ ਦੀ ਮੁਹਲਤ ਦਿੱਤੀ ਸੀ ਜੋ ਹੁਣ ਖਤਮ ਹੋ ਚੁੱਕੀ ਹੈ। ਇਸ ਰੂਲ ਦੇ ਸ਼ੁਰੂ ਹੋਣ ਮਗਰੋਂ ਜਿਨ੍ਹਾਂ ਲੋਕਾਂ ਨੇ ਆਪਣੇ ਵਾਹਨਾਂ ਤੇ ਫਾਸਟੈਗ ਨਹੀਂ ਲਗਾਏ ਉਹਨਾਂ ਤੋਂ ਭਾਰੀ ਜੁਰਮਾਨੇ ਵਜੋਂ ਦੁੱਗਲੀ ਟੋਲ ਫੀਸ ਵਸੂਲ ਕੀਤੀ ਜਾਵੇਗੀ। ਇਸ ਰੂਲ ਦੇ ਤਹਿਤ ਜਿਸ ਵਾਹਨ ਨੇ ਟੋਲ ਬੂਥ ਤੋਂ ਲੰਘਣਾ ਹੋਵੇਗਾ ਉਸਨੂੰ ਰੁਕ ਕੇ ਕੈਸ਼ ਭੁਗਤਾਨ ਕਰਨ ਦੀ ਲੋੜ ਨਹੀਂ, ਫਾਸਟੈਗ ਰਾਹੀਂ ਉਸਦੇ ਖਾਤੇ 'ਚੋਂ ਆਪਣੇ ਆਪ ਪੈਸੇ ਕੱਟੇ ਜਾਣਗੇ। ਸਾਰੇ ਫਾਸਟੈਗ ਕਾਰਡ ਵਾਹਨ ਚਾਲਕ ਦੇ ਕਾਰਡ ਨਾਲ ਜੁੜੇ ਹੋਣਗੇ। ਜਿਵੇਂ ਵਾਹਨ ਚਾਲਕ ਟੋਲ ਬੂਥ ਕ੍ਰੋਸ ਕਰੇਗਾ, ਟੋਲ ਬੂਥ 'ਤੇ ਲੱਗੀ ਹੋਈ ਫ੍ਰੀਕੁਐਂਸੀ ਮਸ਼ੀਨ ਉਸ ਫਾਸਟੈਗ ਨੂੰ ਪੜ ਲਵੇਗੀ ਅਤੇ ਖਾਤੇ 'ਚੋਂ ਪੈਸੇ ਕੱਟੇ ਜਾਣਗੇ। ਇਸ ਤਰ੍ਹਾਂ ਟੋਲ ਪਲਾਜ਼ਾ 'ਤੇ ਜਾਮ ਨਹੀਂ ਲੱਗੇਗਾ ਅਤੇ ਵਾਹਨ ਚਾਲਕਾਂ ਦਾ ਸਮਾਂ ਬਰਬਾਦ ਹੋਣ ਤੋਂ ਬਚ ਜਾਵੇਗਾ। ਇਸ ਪਰੇਸ਼ਾਨੀ ਤੋਂ ਬਚਣ ਲਈ ਕਈ ਵਾਹਨ ਚਾਲਕਾਂ ਫਾਸਟੈਗ ਲਈ ਲਾਈਨਾਂ 'ਚ ਲੱਗਣੇ ਸ਼ੁਰੂ ਹੋ ਗਏ ਨੇ। ਸ੍ਰੀ ਹੋਮ ਨਿਊਜ਼ ਦੇ ਲਈ ਬਿਊਰੋ ਰਿਪੋਰਟ।